ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਏ ਨੌਜਵਾਨ ਨੇ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਤੋਲਿਆ ਲੱਡੂਆਂ ਨਾਲ। ਦੱਸ ਦਈਏ ਕਿ ਜਿਵੇਂ ਜਿਵੇਂ ਲੋਕ ਸਭਾ ਦੀਆਂ ਚੋਣਾਂ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ, ਚੋਣ ਮੈਦਾਨ ਵੀ ਪੂਰੀ ਤਰ੍ਹਾਂ ਭਖਦੇ ਨਜ਼ਰ ਆ ਰਹੇ ਹਨ। ਇਸੇ ਨੂੰ ਲੈ ਕੇ ਅੱਜ ਬਠਿੰਡਾ ਲੋਕ ਸਭਾ ਦੇ ਸੀਟ ਤੋਂ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਪਿੰਡ ਚੱਕ ਅਤਰ ਸਿੰਘ ਵਾਲਾ ਦੇ ਨੌਜਵਾਨ ਮਨਮੀਤ ਸਿੰਘ ਦੇ ਘਰ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਇਸ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਲੋਂ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦੀਆਂ ਅਪੀਲਾਂ ਕੀਤੀਆਂ ਗਈਆਂ। ਉਹਨਾਂ ਕਿਹਾ ਹੈ ਕਿ ਕਾਂਗਰਸ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਹਰ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ। ਉਹਨਾਂ ਕਿਹਾ ਹੈ ਕਿ ਇੱਕ ਵਾਰ ਉਹਨਾਂ ਦਾ ਸਾਥ ਦੇ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਦਿਓ, ਫਿਰ ਦੇਖਣਾ ਲੋਕ ਸਭਾ ਹਲਕਾ ਬਠਿੰਡੇ ਨੂੰ ਕਿਸ ਤਰ੍ਹਾਂ ਵਿਕਾਸ ਦੀਆਂ ਲੀਹਾਂ 'ਤੇ ਲਿਆਂਦਾ ਜਾਂਦਾ ਹੈ। ਇਸ ਮੌਕੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਏ 50 ਪਰਿਵਾਰਾਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋਏ ਮਨਮੀਤ ਸਿੰਘ ਨੇ ਕਿਹਾ ਹੈ ਕਿ ਪਾਰਟੀ ਵਿੱਚ ਕੋਈ ਵੀ ਸੁਣਵਾਈ ਨਾ ਹੋਣ ਕਾਰਨ ਉਹਨਾਂ ਵੱਲੋਂ ਪਾਰਟੀ ਨੂੰ ਅਲਵਿਦਾ ਕਿਹਾ ਗਿਆ ਹੈ। ਉਹਨਾਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਭਾਰੀ ਬਹੁਮਤ ਨਾਲ ਆਪਣੇ ਪਿੰਡ ਚੱਕ ਅਤਰ ਸਿੰਘ ਵਾਲਾ ਵਿੱਚੋਂ ਉਹਨਾਂ ਨੂੰ ਜਿਤਾਉਣਗੇ। ਇਸ ਮੌਕੇ ਉਹਨਾਂ ਨਾਲ ਬਲਾਕ ਪ੍ਰਧਾਨ ਜਗਜੀਤ ਸਿੰਘ ਜੱਗੀ, ਹਰਮੇਲ ਸਿੰਘ ਘੁੱਦਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੰਗਤ ਹਰਦੀਪ ਸਿੰਘ ਮਹਾਲਾ, ਹਰਦੀਪ ਸਿੰਘ ਮਾਨ ਝੁੰਬਾ, ਜਵਾਹਰ ਸਿੰਘ ਨੰਦਗੜ੍ਹ, ਰਣਜੀਤ ਸਿੰਘ ਚੱਕ ਅਤਰ ਸਿੰਘ ਵਾਲਾ, ਵੀਰਾ ਸਿੰਘ ਸਰਪੰਚ, ਪਵਨ ਸ਼ਰਮਾ, ਗੁਰਜੀਤ ਸਿੰਘ ਘੁੱਦਾ ਅਤੇ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ। ਮੇਰਾ ਨਾਮ ਮਨਮੀਤ ਸਿੰਘ ਹੈ ਜੀ, ਪਿੰਡ ਚੱਕ ਅਤਰ ਸਿੰਘ ਵਾਲਾ। ਅਸੀਂ ਅੱਜ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਜੀ ਅਕਾਲੀ ਦਲ ਨੂੰ ਅਲਵਿਦਾ ਬੋਲ ਕੇ, ਕਿਉਂਕਿ ਸਰਦਾਰ ਜੀਤ ਮਹਿੰਦਰ ਸਿੱਧੂ ਨੂੰ ਅਸੀਂ ਉਹਨਾਂ ਦੀ ਅਗਵਾਈ 'ਚ ਅੱਜ ਕਾਂਗਰਸ 'ਚ ਸ਼ਾਮਲ ਹੋਏ ਹਾਂ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਣੇ ਹੈ, ਪੂਰਨ ਬਹੁਮਤ ਨਾਲ ਉਹਨਾਂ ਨੂੰ ਅਸੀਂ ਜਿਤਾ ਕੇ ਪਾਰਲੀਮੈਂਟ 'ਚ ਭੇਜਾਂਗੇ ਜੀ। ਅੱਜ ਸਾਡੇ ਪਿੰਡ 'ਚੋਂ ਘੱਟੋ ਘੱਟ 50-60 ਪਰਿਵਾਰ ਹੈ ਜਿਹੜੇ ਸਾਡੇ ਨਾਲ ਅੱਜ ਮੇਰੇ 'ਤੇ ਵਿਸ਼ਵਾਸ ਕਰਕੇ, ਸਰਦਾਰ ਜੀਤ ਮਹਿੰਦਰ ਸਿੱਧੂ 'ਤੇ ਵਿਸ਼ਵਾਸ ਕਰਕੇ ਅੱਜ ਉਹਨਾਂ ਦੇ ਨਾਲ ਖੜ੍ਹੇ ਆ ਅਤੇ ਔਰ ਕਾਂਗਰਸ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਹੈ। ਅਸੀਂ ਅੱਜ ਸਾਡੇ ਪਿੰਡ 'ਚੋਂ ਅਕਾਲੀ ਦਲ, ਆਪ ਔਰ ਸਾਰੀਆਂ ਪਾਰਟੀਆਂ ਦਾ ਸਫਾਇਆ ਕਰਤਾ ਜੀ। ਅਸੀਂ ਕਾਂਗਰਸ ਨੂੰ ਇੱਥੋਂ ਪੂਰਨ ਬਹੁਮਤ ਨਾਲ ਅਸੀਂ ਜਿਤਾ ਕੇ ਭੇਜਾਂਗੇ ਜੀ। ਬਈ ਜੀ, ਉਹ ਅਕਾਲੀ ਦਲ ਛੱਡਣ ਦੇ ਕਾਰਨ ਇਹ ਹੈ ਕਿ ਵਰਕਰ ਦੀ ਕੋਈ ਉੱਥੇ ਪੁੱਛਗਿੱਛ ਨਹੀਂ ਹੈ ਜੀ, ਉੱਥੇ PA ਕਲਚਰ ਹੈ ਜੀ। ਉੱਥੇ ਉਹਨਾਂ ਦੇ ਤੁਸੀਂ ਮਿਲਣਾ, ਮੈਂ ਹਰਸਿਮਰਤ ਬੀਬਾ ਦੇ ਨਾਲ ਪਿਛਲੇ  15 ਸਾਲਾਂ ਤੋਂ ਜੁੜਿਆ ਜੀ। ਮੈਨੂੰ ਇਹ ਨਹੀਂ ਲੱਗਦਾ, ਆਪਣੇ 600 ਪਿੰਡ ਆ ਹਲਕੇ ਦੇ ਵਿੱਚ, ਅਤੇ ਬੀਬਾ ਹਰਸਿਮਰਤ ਕੌਰ ਬਾਦਲ 6 ਬੰਦਿਆਂ ਦੇ ਨਾਂ ਗਿਣਾ ਦੇਣ ਵੀ ਮੈਂ ਆਹ ਵਰਕਰ ਹੈ ਮੇਰੇ, ਇਹ ਪਰਸਨਲੀ ਮੈਂ ਉਹਨਾਂ ਨੂੰ ਜਾਣਦੀ ਹਾਂ, ਇਹਦੇ ਉੱਤੇ ਹੋਰ ਕੀ ਹੋ ਸਕਦਾ। ਔਰ ਉੱਧਰ ਸਰਦਾਰ ਜੀਤ ਮਹਿੰਦਰ ਸਿੰਘ ਸਿੱਧੂ ਹੈ ਜੀ, ਇਹਨਾਂ ਨੂੰ ਅੱਧੀ ਰਾਤ ਨੂੰ ਵੀ ਤੁਸੀਂ ਫੋਨ ਕਰੋਗੇ ਨਾ, ਜੇ ਇਹਨਾਂ ਨੇ ਫੋਨ ਨਹੀਂ ਵੀ ਚੱਕਿਆ ਤਾਂ ਤੁਹਾਡਾ ਇਹ ਬੈਕ ਕਾਲ ਕਰਕੇ ਤੁਹਾਨੂੰ ਪੁੱਛਣਗੇ ਵੀ ਦੱਸੋ ਕੀ ਕੰਮ ਸੀ। ਸੋ ਇਹੀ ਵਰਕਰ ਨੂੰ ਮਾਨ ਸਨਮਾਨ ਚਾਹੀਦਾ, ਹੋਰ ਪਾਰਟੀਆਂ 'ਚ ਕੀ ਚਾਹੀਦਾ ਹੁੰਦਾ ਜੀ।